ਨੇਕੀ ਦੇ ਨਾਲ ਦੁਨੀਆਂ ਦਾ ਬਹੁਤ ਪਿਆਰ ਮਿਲਿਆ ਉਸ ਸਰਕਾਰ ਨੂੰ ਸਾਡੇ ਆਪਣੇ ਇਲਾਕੇ ਦੀ ਆਣ ਬਾਣ ਤੇ ਸ਼ਾਨ ਸੋ ਆਓ ਜੀ ਸੁਣਦੇ ਆ ਲੱਗੀ ਬਾਦਸ਼ਾਹ ਸਾਹਿਬ ਬੁੱਲੇ ਸ਼ਾਹ ਜੀ ਸਰਦਾਰ ਦੇ ਆਏ ਹੋਏ ਸਾਰੀ ਰੱਬ ਰੂਪ ਸੰਗਤ ਸਭ ਦੇ ਚਰਨਾਂ ਵਿੱਚ ਮੇਰਾ ਨਮਸਕਾਰ ਅਰਦਾਸ ਕਰਦਾ ਜਿਸ ਜਿਸ ਕਦਮ ਦੇ ਨਾਲ ਤੁਸੀਂ ਬਾਬਾ ਜੀ ਦੇ ਦਰਗਾਹ 'ਤੇ ਹਾਜ਼ਰੀ ਭਰ ਰਹੇ ਹੋ ਬਾਬਾ ਜੀ ਆਪ ਸਭ ਦਾ ਕਦਮ ਕਦਮ ਲੇਖੇ ਲਾਉਣ ਆਪ ਸਭ ਆਪ ਸਭ 'ਤੇ ਮਿਹਰਬਾਨੀ ਹੱਥ ਰੱਖਣ ਸੋ ਸਾਰੀ ਪ੍ਰਬੰਧਕ ਕਮੇਟੀ ਔਰ ਸਾਡੇ ਪ੍ਰਧਾਨ ਜੀ ਔਰ ਸਾਰੇ ਨਗਰ ਨਿਵਾਸੀ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਸੋ ਕਲਾਕਾਰ ਕਹਿੰਦੇ ਕਿ ਬਹੁਤ ਹੈ ਸਿਰਫ ਇੱਕ ਛੋਟੀ ਜਿਹੀ ਹਾਜ਼ਰੀ ਲਵਾਉਣੀ ਜ਼ਿਆਦਾ ਗੱਲਾਂ ਨਹੀਂ ਕਰਨਾ ਸਭ ਤੋਂ ਪਹਿਲਾਂ ਕਹਿੰਦੇ ਹੁੰਦੇ ਕਿ ਜਿੱਦਾਂ ਵਿਆਹ ਹੋਵੇ ਉਹਦੇ ਨਾਂ ਦੀ ਘੋੜੀ ਗਾਉਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਸਾਈਂ ਬੁੱਲੇ ਸ਼ਾਹ ਜੀ ਦਾ ਚੰਦ ਲੈਣਾ ਜ਼ਰਾ ਕਬੂਲ ਕਰ ਅੱਗੋਂ ਸਾਈਂ ਬੁੱਲੇ ਸ਼ਾਹ ਜੀ ਕੀ ਕਹਿੰਦੇ ਨੇ ਵਿੱਚ ਮਸੀਤਾਂ ਦੇ ਲਈ ਕੁਝ ਹੁੰਦਾ ਵਿੱਚ ਮਸੀਤਾਂ ਕਹਿੰਦੇ ਵਿੱਚ ਮਸੀਤਾਂ ਦੇ ਨਹੀਂ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਲਈ ਬਾਹਰੋਂ ਪਾਕ ਕੀਤੇ ਕੀ ਹੋਵੇ ਜੇ ਅੰਦਰੇ ਰਹੀ ਪੁੱਲੀ ਕਹਿੰਦੇ ਬਾਹਰੋਂ ਲੱਤਾਂ ਗੋਡੇ ਧੋਣ ਦਾ ਕੋਈ ਫਾਇਦਾ ਨਹੀਂ ਜੇ ਤੁਹਾਡਾ ਦਿਲ ਹੀ ਮੈਲਾ ਜੇ ਦਿਲ ਹੀ ਕਾਲਾ ਬਾਹਰੋਂ ਬੜਾ ਸੁਰਖੀ ਬਹੁਤ ਦੂਜਿਆਂ ਦੇ ਜਾ ਹਨਾ ਸੋਹਣੇ ਜੇ ਬਣ ਜਾਣਾ ਜੇ ਅੰਦਰ ਹੀ ਚੋਰ ਹੈ ਤਾਂ ਫਿਰ ਕੁਛ ਹੋਰ ਹੀ ਹੋਵੇ ਹਾਂਜੀ ਬਾਹਰੋਂ ਪਾਕ ਕੀਤੇ ਕੀ ਹੋਵੇ ਜੇ ਅੰਦਰੇ ਰਹੀ ਪੁੱਲੀ ਤੀ ਕੰਨਾਂ ਨੂੰ ਹੱਥ ਲਾਏ ਪਹਿਲਾਂ ਫੇਰ ਨਮਾਜ਼ ਪੈਣੀ ਸੀ ਦੁਨੀਆਦਾਰਾ ਰੱਬ ਦੇ ਨਾਲ ਵੀ 400 ਏ ਸੀ ਬਾਬਾ ਜੀ ਦੇ ਨਾਲ ਦੀਆਂ ਦੋ ਲੈਣਾ ਕਹਿੰਦਾ ਯਾਰ ਯਾਰਾਂ ਦੀ ਕੋਈ ਨੀ ਕਦਰ ਕਰਦਾ ਹਾਂਜੀ ਹਾਂਜੀ ਗੌਰ ਫਰਮਾਉਣਾ ਕਹਿੰਦਾ ਉਹ ਸੱਚਾ ਯਾਰ ਮਿੱਤਰ ਉਹ ਜਿਹੜਾ ਮਾੜਿਆਂ ਦਿਨਾਂ ਚ ਕੰਮ ਆਵੇ ਹਾਂਜੀ ਯਾਰ ਯਾਰਾਂ ਦੀ ਕੋਈ ਨਹੀਂ ਕਦਰ ਕਰਦਾ
ਨਹੀਂ ਕਦਰ ਕਰਦਾ ਭਾਵੇਂ ਲੱਖ ਨੇ ਯਾਰੀਆਂ ਸੁਣਨ ਵਾਲੀਆਂ ਗੱਲਾਂ ਬਾਜੀ ਸੁਣਨੀਆਂ ਧਿਆਨ ਦੇਣਾ ਵੀਰ ਜੀ ਯਾਰ ਯਾਰਾਂ ਦੀ ਕੋਈ ਨਹੀਂ ਕਦਰ ਕਰਦਾ ਤੇ ਭਾਵੇਂ ਲੱਖ ਨੇ ਯਾਰੀਆਂ ਵਿੱਚ ਮੁਸੀਬਤਾਂ ਵਿੱਚ ਮੁਸੀਬਤਾਂ ਕੋਈ ਨਹੀਂ ਬਾਹ ਫੜਦਾ ਤੇ ਮਤਲਬ ਕੱਢ ਕੇ ਮੁੱਖ ਬਦਲੇ ਵਿੱਚ ਮੁਸੀਬਤਾਂ ਵਿੱਚ ਮੁਸੀਬਤਾਂ ਕੋਈ ਨਹੀਂ ਬਾਂਹ ਫੜਦਾ ਤੇ ਮਤਲਬ ਕੱਢ ਕੇ ਮੁੱਖ ਬਦਲਾ ਦੇ ਝੋਲੇ ਵਾਲਿਆ ਗੋਲੀ ਮਾਰ ਝੋਲੇ ਵਾਲਿਆ ਗੋਲੀ ਮਾਰੋ ਨਾ ਦੋਸਤਾਂ ਨੂੰ ਤੇ ਜਿਹੜੇ ਮਤਲਬ ਨੂੰ ਯਾਰੀਆਂ ਪਾਈ ਜਿਹੜੇ ਮਤਲਬ ਨੂੰ ਯਾਰੀਆਂ ਪਾਈ ਫਿਰਦੇ ਮੇਰਾ
ਵਿੱਚ ਗੀਤ ਪੇਸ਼ ਕਰਨ ਲੱਗੇ ਕੀ ਲਿਖਦਾ ਗੀਤ ਪੇਸ਼ ਕਰਨ ਗਏ ਕੀ ਲਿਖਿਆ ਕੀ ਲਿਖਦਾ ਵੀਰ ਕਹਿੰਦਾ ਮੈਨੂੰ ਕਹਿੰਦੀ ਤੇਰੇ ਵਿੱਚ ਮੋਹ ਨਾ ਰਿਹਾ ਮੈਨੂੰ ਕਹਿੰਦੀ ਤੇਰੇ ਵਿੱਚ ਮੋਹ ਨਾ ਰਿਹਾ ਪਹਿਲਾਂ ਵਰਗਾ ਤੂੰ ਯਾਰਾ ਉਹ ਨਾ ਰਿਹਾ ਨਿਬੜੀ ਨੀ ਹੁਣ ਤੇਰੀ ਮੇਰੀ ਸੋਹਣਿਆ ਬਹਾਨਿਆਂ ਦੇ ਨਾਲ ਤੋੜ ਗਈ ਪਿਆਰ ਆਪਾਂ ਉਹਦਾ ਛੱਲਾ ਸੀ ਵਗਾ ਕੇ ਮਾਰਿਆ ਪਰ ਸਾਡੀ ਮੁੰਦਰੀ ਵੇਚ ਗਈ ਸੁਣਾ ਸੀਨ ਸੋਹਣੀਆਂ ਦਾ ਬੁਰਾ ਨਾਸ ਹੋਵੇ ਸੀਨ ਸੋਹਣੀਆਂ ਦਾ ਬੁਰਾ ਨਾਸ ਹੋਵੇ ਤੇ ਸੋਹਣੀ ਰਹੇ ਨਾ ਕੋਈ ਜਹਾਨ ਉੱਤੇ ਸੀਨ ਸੋਹਣੀਆਂ ਦਾ ਬੁਰਾ ਨਾਸ ਹੋਵੇ ਤੇ ਸੋਹਣੀ ਰਹੇ ਨਾ ਕੋਈ ਜਹਾਨ ਉੱਤੇ ਅੱਧੀਆਂ ਅੱਜ ਮਰ ਜਾਣ ਅੱਧੀਆਂ ਕੱਲ ਮਰ ਜਾਣ ਤੇ ਮੇਲਾ ਲੱਗਾ ਰਵੇ ਕਬਰਿਸਤਾਨ ਉੱਤੇ ਉਸ ਦਿਨ ਐਤਵਾਰ ਦਾ ਰੋਜ਼ ਹੋਵੇ ਉਸ ਦਿਨ ਐਤਵਾਰ ਦਾ ਰੋਜ਼ ਹੋਵੇ ਤੇ ਕੱਪੜ ਮਿਲੇ ਨਾ ਕਿਸੇ ਦੁਕਾਨ ਉੱਤੇ ਸੋਹਣੀ ਨੇ ਯਾਰ ਨਾਲ ਤਗਾ ਕੀਤਾ ਕੋਈ ਮਿਲੇ ਨਾ ਉਹਨੂੰ ਕਿਸੇ ਜਹਾਨ ਉੱਤੇ ਜਿਹੜਾ ਵੀਰ ਜੀ ਸੱਚਾ ਪਿਆਰ ਕਰਦਾ ਉਹਨੇ ਫਿਰ ਇੱਥੇ ਬਾਤ ਕਰਨਾ ਕਿ ਗਲਤ ਗੱਲ ਤੁਸੀਂ ਵੀ ਕੀਤਾ ਹੋਊਗਾ ਜਿਹਨੇ ਕੀਤਾ ਵੀਰ ਉਹੀ ਜਾਣਦਾ ਜੋ ਤਨ ਲਾ ਕੇ ਸੋ ਤਨ ਜਾਣੇ ਸੋਚਦੀ ਸੀ ਉਹ ਸਾਡੇ
ਚੰਬਾ ਕਲਾ ਗੁਰਦੇਵ ਅੱਗੇ ਹੋ ਕੇ ਰੋ ਜੀ ਬਾਜੀ ਟਾਈਮ ਬਹੁਤ ਹੋ ਗਿਆ ਇਹ ਲਿਖਦਾ ਬਹੁਤ ਵਧੀਆ ਲਾਈਨ ਲਿਖੀ ਹੈ ਕਹਿੰਦਾ ਮਾਰ ਬੁਰੀ ਹੈ ਗਟਾਰਾਂ ਦੀ ਮਾਰ ਬੁਰੀ ਹੈ ਗਟਾਰਾਂ ਦੀ ਉਹਤੇ ਕੋਈ ਹਰਖ ਨਹੀਂ ਉਹ ਜਿਹਨੂੰ ਪਰਖ ਨਹੀਂ ਹਾਂਜੀ ਤੋ ਸਫਾਈ ਅੰਦਰਾ ਉਸ ਤੋਂ ਬਾਅਦ ਸਾਡੇ ਗਿੱਲ ਸਾਹਿਬ ਬੈਠੇ ਹਾਂਜੀ ਸਾਡੇ ਵੱਡੇ ਵੀ ਬਲਵਿੰਦਰ ਰਾਜੂ ਜੀ ਬਹੁਤ ਸਾਰਾ ਪਿਆਰ ਅਸ਼ੀਰਵਾਦ ਬਾਬਾ ਜੀ ਉਹਨਾਂ ਦੇ ਮਿਹਰ ਬੜੇ ਹੱਥ ਰੱਖਣ ਮਾਰ ਬੁਰੀਏ ਕਟਾਰਾਂ ਦੀਆਂ ਮਾਰ ਬੁਰੀਏ ਕਟਾਰਾਂ ਦੀਆਂ ਮਾਰ ਬੁਰੀਏ ਕਟਾਰਾਂ ਦੀਆਂ ਹੱਥ ਨਹੀਂ ਹੱਥ ਨਹੀਂ ਹੱਥ ਨਹੀਂ ਅਜੂ ਜੂ ਹੱਥ ਨਹੀਂ ਹੱਥ ਨਹੀਂ Come on.